ਫੋਨ ਗਏ ਨੇ ਉਹ ਭੇਜੇ ਚਾਰ ਪੰਜ ਸੱਤ ਨਾਲ ਪਾਵਨ ਗੇਟ ਤੋਂ ਅਸੀਂ ਜ਼ੋਰ ਹੋ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ, ਓਵਰਵੈਲਮਡ ਆ, ਅਸੀਂ ਫਿਲਮ 'ਚੋਂ ਨਿਕਲ ਨਹੀਂ ਪਾ ਰਹੇ, ਸੋ ਸਾਰੇ ਥੋੜ੍ਹੇ ਜਿਹੇ ਕੁਆਇਟ ਆ ਇਸ ਟਾਈਮ, ਬਟ ਬਹੁਤ ਵਧੀਆ ਲੱਗ ਰਿਹਾ ਜੀ, ਤੁਹਾਨੂੰ ਵਧੀਆ ਲੱਗੀ? ਸਾਰੇ ਮੀਡੀਆ ਫਿਲਮ ਦੇਖ ਲਈ ਆਸਾਂ ਵੀ ਲੱਗੀ ਤੁਹਾਨੂੰ ਸਾਰੇ ਸਾਰੇ ਭਾਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਕੋਈ ਅਲਫਾਜ਼ ਹੈ ਨਹੀਂ ਕਿ ਕਿਨ ਅਲਫਾਜ਼ਾਂ ਦੇ ਨਾਲ ਮੈਂ ਇਹ ਕਹਾਂ। ਮੇਰੇ ਹਿਸਾਬ ਨਾਲ ਰੱਬ ਜਦ ਆਪ ਬਹਿ ਕੇ ਉਹ ਰੂਹਾਂ ਨੂੰ ਇਕੱਠੀਆਂ ਕਰਕੇ ਬਣਾਉਂਦਾ ਤਾਂ ਇਹੋ ਜਿਹੀ ਚੀਜ਼ ਬਣਦੀ ਹੈ। ਇਹ ਸਾਰੀਆਂ ਰੂਹਾਂ ਜਿਹੜੀਆਂ ਇਕੱਠੀਆਂ ਹੋਈਆਂ ਆਰਟਿਸਟਾਂ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਪ੍ਰੋਡਿਊਸਰਸ ਤੋਂ ਲੈ ਕੇ ਇਹ ਰੱਬ ਨੇ ਖਾਸ ਰੂਹਾਂ ਸਿਲੈਕਟ ਕੀਤੀਆਂ ਸੀ, ਇਹ ਚੀਜ਼ ਬਣੀ ਹੈ। ਔਰ ਮੇਰਾ ਖਿਆਲ ਹੈ ਜਦ ਤੱਕ ਦੁਨੀਆ ਰਹੇਗੀ ਇਹ ਫਿਲਮ ਹਮੇਸ਼ਾ ਇੱਕ ਯਾਦਗਾਰ ਬਣ ਕੇ ਰਹੇਗੀ। ਆਪਾਂ ਅੱਜ ਕਹਿ ਸਕਦੇ ਹਾਂ ਕਿ ਜੇ ਬਾਲੀਵੁੱਡ ਫਿਲਮ ਇੰਡਸਟਰੀ ਕੋਲ ਮੁਗਲ ਏ ਆਜ਼ਮ ਹੈਗੀ ਤਾਂ ਸਾਡੇ ਕੋਲ ਬੀਬੀ ਰਜਨੀ ਹੈ। ਔਰ ਇਸ ਤੋਂ ਵੱਡੀ ਫਿਲਮ ਨਾ ਅੱਜ ਤੱਕ ਮੈਂ ਦੇਖੀ ਹੈ ਅਤੇ ਨਾ ਬਣੀ ਹੈ। ਅੱਜ ਪੰਜਾਬੀ ਫਿਲਮ ਇੰਡਸਟਰੀ ਬਾਲੀਵੁੱਡ ਤੋਂ ਹੁੰਦੇ ਹੋਏ, ਸਾਊਥ ਤੋਂ ਹੁੰਦੇ ਹੋਏ ਹਾਲੀਵੁੱਡ ਨੂੰ ਟੱਪ ਕੇ ਨੰਬਰ 1 ਇਸ ਵਰਲਡ ਦੇ ਵਿੱਚ ਹੋਈ ਹੈ। ਔਰ ਇਹ ਸਾਰਾ ਕੁਛ ਆਹ ਜਿਹੜੇ ਹੀਰੇ ਖੜ੍ਹੇ ਨੇ ਜੀ, ਹੀਰਿਆਂ ਦਾ ਕੋਈ ਮੈਂ ਨਾਮ ਨਹੀਂ ਦੇ ਸਕਦਾ, ਪਰ ਜਦ ਤੱਕ ਵੀ ਜ਼ਿੰਦਗੀ ਰਹੇਗੀ ਮੈਨੂੰ ਹਮੇਸ਼ਾ ਯਾਦ ਰਹੇਗਾ ਕਿ ਇਹਨਾਂ ਹੀਰਿਆਂ ਬਗੈਰ ਇਹ ਮਹਿਲ ਐਡਾ ਉਸਾਰਿਆ ਨਹੀਂ ਸੀ ਜਾ ਸਕਦਾ। ਔਰ ਇੱਕ ਲਾਸਟ ਮੈਂ ਗੱਲ ਕਹਿਣਾ, ਕਈ ਵਾਰੀ ਅਲਫਾਜ਼ ਨਹੀਂ ਹੁੰਦੇ ਪਰ ਮੇਰਾ ਖਿਆਲ ਜਿਹੜੀ ਪ੍ਰੋਜੈਕਸ਼ਨ ਆ ਬਿੱਟੀਆਂ ਨੇ ਕੀਤੀ ਹੈ ਰੂਪੀ ਗਿੱਲ ਨੇ, ਇੱਕ ਮਿਸਾਲ ਇਸ ਦੁਨੀਆ ਦੇ ਵਿੱਚ ਕਿ ਜੇ ਕਿਸੇ ਦੀ ਮਾਂ ਹੋਵੇ ਤਾਂ ਇਹੋ ਜਿਹੀ ਹੋਵੇ, ਜੇ ਕਿਸੇ ਦੀ ਧੀ ਹੋਵੇ ਤਾਂ ਇਹੋ ਜਿਹੀ ਹੋਵੇ, ਅਤੇ ਜੇ ਕਿਸੇ ਦੀ ਧਰਮ ਪਤਨੀ ਹੋਵੇ ਤਾਂ ਇਹੋ ਜਿਹੀ ਹੋਵੇ। ਉਹ ਔਰਤ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਉਸ ਔਰਤ ਦੀ ਮਿਸਾਲ ਹੈ ਐ ਦੁਨੀਆ ਵਾਲੋ, ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਵਾਲਿਓ, ਆ ਮੈਨੂੰ ਉਮੀਦ ਇਸ ਫਿਲਮ ਦੇਖਣ ਤੋਂ ਬਾਅਦ ਤੁਸੀਂ ਔਰਤ ਦੇ ਪੈਰੀ ਹੱਥ ਲਾ ਕੇ ਘਰੋਂ ਤੁਰਿਆ ਕਰੋਗੇ, ਔਰ ਜਦ ਵੀ ਜਾਇਆ ਕਰੋਗੇ ਹਰ ਔਰਤ ਦੇ ਸਾਹਮਣੇ ਤੁਹਾਡਾ ਸਿਰ ਚੁੱਕਿਆ ਕਰੂਗਾ। ਇਸ ਤੋਂ ਵੱਧ ਕੇ ਮਿਸਾਲ ਹੋ ਨਹੀਂ ਸਕਦੀ। ਔਰ ਮੈਂ ਸਮਝਦਾ ਇੱਕ ਉਹ ਫਿਲਮ ਹੈ ਜਿਹੜੀ ਸਾਰੇ ਧਰਮਾਂ ਨੂੰ ਜਿਨ੍ਹਾਂ ਨੇ ਬਖੇਰ ਕੇ ਰੱਖਿਆ ਉਹਨੂੰ ਜੋੜੂਗੀ, ਸਾਰੇ ਵਰਗ ਦੇ ਲੋਕਾਂ ਨੂੰ ਜੋੜੂਗੀ। ਔਰ ਇਹ ਫਿਲਮ ਐਸੀ ਹੈ ਜੋ ਮੇਰਾ ਦਿਲ ਕਹਿੰਦਾ
ਕਿ ਕ੍ਰਾਂਤੀ ਲੈ ਕੇ ਆਊਗੀ ਆਉਣ ਵਾਲੀ ਨਸਲ ਲਈ। ਮੈਂ ਅੱਜ ਰਾਤ 2 ਵਜੇ ਗਿਆ ਸੀ ਅਨੰਦਪੁਰ ਸਾਹਿਬ, ਉੱਥੇ ਅਰਦਾਸ ਕੀਤੀ ਸੀ ਅਤੇ ਬੜਾ ਚਿਰ ਮੈਂ ਬੈਠਾ ਰਿਹਾ। 10ਵੇਂ ਪਾਤਸ਼ਾਹ ਜਿੱਥੇ 32 ਸਾਲ ਰਹੇ ਉੱਥੇ ਗਏ, ਅਤੇ ਉੱਥੇ ਜਾ ਕੇ ਜਦ ਮੈਂ ਪਾਠ ਕਰ ਰਿਹਾ ਸੀ ਅਤੇ ਮੈਂ ਕਿਹਾ ਮਹਾਰਾਜ ਇਹ ਚੀਜ਼ ਤੁਸੀਂ ਬਣਵਾਈ ਆ ਅਕਾਲ ਪੁਰਖ ਨੂੰ ਕਹਿ ਕੇ, ਇਹਨੂੰ ਇੰਨਾ ਕੁਛ ਸਵਾਰ ਦਿਓ ਕਿ ਤੁਹਾਡੀ ਦੁਨੀਆ ਦੇ ਵਿੱਚ ਕਿਸੇ ਨੂੰ ਜਾ ਕੇ ਸਮਝਾਉਣ ਦੀ ਲੋੜ ਨਾ ਪਵੇ, ਲੋਕ ਆਪ ਹੀ ਸਮਝ ਜਾਣ। ਤੁਹਾਨੂੰ ਬਹੁਤ ਬਹੁਤ ਪਿਆਰ, ਪ੍ਰੈਸ ਵਾਲਿਓ, ਸਾਰਿਓ, ਚੈਨਲ ਵਾਲਿਓ, ਤੁਸੀਂ ਬਹੁਤ ਮਦਦ ਕੀਤੀ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਪਹੁੰਚਾਉਣ ਦੀ। ਔਰ ਧੰਨ ਨੇ ਕਲਾਕਾਰ, ਮੇਰਾ ਸਿਰ ਚੁੱਕਦਾ ਇਹਨਾਂ ਦੇ ਪੈਰਾਂ ਦੇ ਵਿੱਚ। ਮੈਂ ਤਾਂ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਬੰਦਾ, ਲੇਕਿਨ ਜੋ ਇਹਨਾਂ ਨੇ ਕੰਮ ਕੀਤਾ, ਜੋ ਫਿਲਮ ਬਣਾਈ ਹੈ, ਅਮਰ ਹੁੰਦਲ ਜੀ ਤੋਂ ਲੈ ਕੇ ਬਲਜੀਤ ਦਿਓ ਜੀ ਤੋਂ ਲੈ ਕੇ ਸੁੱਖ ਭਾਜੀ ਤੋਂ ਲੈ ਕੇ ਮਲਕਾਣਾ ਜੀ ਤੋਂ ਲੈ ਕੇ ਸਾਰਿਆਂ ਨੇ, ਮੇਰਾ ਸਿਰ ਹਮੇਸ਼ਾ ਇਹਨਾਂ ਦੇ ਚਰਨਾਂ ਚੁੱਕਿਆ ਰਹੂਗਾ। ਔਰ ਮੈਨੂੰ ਮਾਣ ਹੈ ਜ਼ਿੰਦਗੀ ਦੇ ਵਿੱਚ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ, ਪੰਜਾਬੀ ਪੰਜਾਬ ਦੀ ਧਰਤੀ ਨੇ, ਮਾਂ ਨੇ ਇਹੋ ਜਿਹੇ ਲਾਲ ਅਤੇ ਇਹੋ ਜਿਹੇ ਧੀਆਂ ਜੰਮੀਆਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਹਿਸਟਰੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ। ਔਰ ਉਹ ਹਿਸਟਰੀ ਹੈ ਕਿ ਸਿੱਖੀ ਹੈ ਕੀ, ਗੁਰੂ ਘਰ ਹੈ ਕੀ, ਔਰ ਗੁਰੂ ਕੀ ਨੇ, ਉਹਨਾਂ ਨੇ ਸਾਰੇ ਧਰਮਾਂ ਨੂੰ, ਸਾਰੇ ਵਰਗਾਂ ਨੂੰ ਜੋੜਿਆ, ਔਰ ਜਿਹੜਾ ਨਾਂ ਜਪਦਾ ਹੈ ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਵਿਸ਼ਵਾਸ ਦੇ ਨੇ। ਅਤੇ ਰਜਨੀ ਜਿੰਨਾ ਵਿਸ਼ਵਾਸ ਸਿਰਫ ਇੱਕ ਔਰਤ ਨਹੀਂ ਹੋ ਸਕਦਾ, ਬੰਦੇ ਨੂੰ ਤਾਂ ਨਹੀਂ ਹੋ ਸਕਦਾ, ਜੇ ਹੋ ਸਕਦਾ। ਮੈਂ ਅੱਜ ਤੋਂ ਬਾਅਦ ਐਲਾਨ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਦਿਲ ਕਰਦਾ ਕਿਤੇ ਕੁੱਲੀ ਪਾ ਕੇ ਮਹਾਰਾਜ ਤੇਰਾ ਨਾਂ ਜਪਦਾ ਜਪਦਾ ਚਲੇ ਜਾਵਾਂ, ਕਿਉਂਕਿ ਇਸ ਤੋਂ ਉੱਤੇ ਮੇਰੀ ਕੋਈ ਮੰਗ ਨਹੀਂ। ਤੇਰਾ ਬਹੁਤ ਬਹੁਤ ਧੰਨਵਾਦ ਹੇ ਅਕਾਲ ਪੁਰਖ ਦਾਤਾ ਪਿਤਾ, ਤੇਰਾ ਸ਼ੁਕਰ ਹੈ, ਤੂੰ ਬੜੇ ਭਾਗ ਲਾਏ ਨੇ, ਇਸ ਸਾਰਿਆਂ ਨੂੰ ਭਾਗ ਲਾਈ, ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਤੱਕ ਲੈ ਕੇ ਜਾਈ ਕਿ ਸਾਰੀ ਦੁਨੀਆ ਉਹਦਾ ਲੋਹਾ ਮੰਨੇ, ਔਰ ਇੱਕ ਪਿਆਰ ਦਾ ਮੁਜੱਸਮਾ ਗੁਲਦਸਤਾ ਜਿਹੜਾ ਰੱਬ ਨੇ ਬਣਾਇਆ ਸੀ ਦੁਬਾਰਾ ਪੈਦਾ ਹੋ ਕੇ ਸਾਥੀ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੌਲੀ ਬੋਲ, ਹੌਲੀ ਹੌਲੀ ਫਿਰ ਦੱਸ ਦੇਗਾ ਕੀ। ਹਾਂ, ਜਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਨਾ ਤੇ ਫਿਰ ਖੋਤਾ ਵੀ ਘੋੜਾ ਬਣ ਕੇ ਡਰਬੀ ਦਾ ਭਜਦਾ। ਹੋਰ ਕੁਛ ਸਾਡੇ ਕੋਲ ਵੀ ਕੋਈ ਸਵਾਲ ਨਹੀਂ, ਕਿਉਂਕਿ ਆਪਣੇ ਸਾਰਿਆਂ ਦੀ ਫਿਲਮ ਹੈ। ਹਾਂਜੀ, ਮੈਂ ਪੁੱਛਣਾ ਚਾਹੁੰਦੀ ਹਾਂ, ਫਿਲਮ ਦੇ ਵਿੱਚ ਬੀਬੀ ਰਜਨੀ ਜੋ ਸੀ, ਉਹਨਾਂ ਨੇ ਆਪਣੇ ਫਾਦਰ ਸਾਹਿਬ ਦਾ ਜੋ ਵੀ ਕਿਹਾ ਉਹ ਸਿਰ ਝੁਕਾ ਕੇ ਤੀਸ ਦਵਾ ਕੇ ਜਿਹੜਾ ਉਹਨਾਂ ਦੀ ਗੱਲ ਮੰਨੀ, ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਬੱਚੇ ਆਪਣੇ ਮਾਪਿਆਂ ਦਾ ਇੰਨਾ ਕਹਿਣਾ ਨਹੀਂ ਮੰਨਦੇ। ਅੱਜ ਕੱਲ੍ਹ ਤਾਂ ਇਹ ਵੀ ਦੇਖਣ ਨੂੰ ਮਿਲਦਾ ਕਿ ਬੱਚੇ ਵੱਡੇ ਹੁੰਦੇ ਨੇ ਮਾਪਿਆਂ ਨੂੰ ਘਰੋਂ ਤੱਕ ਕੱਢ ਦਿੰਦੇ ਨੇ। ਤੁਸੀਂ ਆਪਣੇ ਦਾਦੀ ਜੀ ਤੋਂ ਇੱਕ ਕਹਾਣੀ ਸੁਣੀ ਸੀ, ਮਾਤਾ ਜੀ ਤੋਂ ਸੁਣੀ ਸੀ। ਅੱਜ ਕੱਲ੍ਹ ਗੱਲ ਇਹ ਹੈ ਕਿ ਕਿਸੇ ਕੋਲ ਸਮਾਂ ਹੈ ਨਹੀਂ, ਅਸੀਂ ਇਸੇ ਕਰਕੇ ਮਹਾਰਾਜ ਨੇ ਰੱਬ ਨੇ ਫਿਲਮ ਬਣਵਾਈ ਹੈ ਕਿ ਤੁਸੀਂ ਸਾਰੇ ਦੇਖੋ ਅਤੇ ਵਾਰ ਵਾਰ ਦੇਖੋ ਅਤੇ ਆਪਾਂ ਪਰਿਵਰਤਨ ਲੈ ਕੇ ਆਈਏ, ਸਾਥੀ ਉੱਪਰ ਵਾਪਸ ਲੈ ਕੇ ਆਈਏ। ਮੈਨੂੰ ਪਤਾ ਤੁਸੀਂ ਸਾਰੇ ਬਹੁਤ ਮਿਸ ਕਰਦੇ ਹੋ ਆਪਣੇ ਕਲਚਰ ਨੂੰ। ਇੱਕ ਟਾਈਮ ਸੀ ਜਦ ਇੱਕ ਦੂਜੇ ਨਾਲ ਪਿਆਰ ਸੀ, ਸਤਿਕਾਰ ਸੀ, ਮਾਣ ਸੀ, ਵੱਡੀ ਮਾਂ ਬਰਾਬਰ ਦੀ ਭੈਣ ਅਤੇ ਛੋਟੀ ਧੀ ਸੀ। ਇਹ ਫਿਲਮ ਇਸੇ ਕਰਕੇ ਰੱਬ ਨੇ ਬਣਵਾਈ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਉਹ ਸਾਰੇ ਲੋਕਾਂ ਨੂੰ ਠੀਕ ਕਰੋਗੇ। ਜਾਂ ਬੰਦਾ ਬਿਮਾਰ ਹੋ ਜਾਂਦਾ ਨਾ ਅਤੇ ਉਹ ਹੌਲੀ ਹੌਲੀ ਡਾਕਟਰ ਦੀ ਦਵਾਈ ਤੋਂ ਠੀਕ ਹੁੰਦਾ, ਲੇਕਿਨ ਜਦ ਰੱਬ ਮਿਹਰਬਾਨ ਹੁੰਦਾ ਫਿਰ ਉਹ ਬਹੁਤ ਜਲਦੀ ਠੀਕ ਹੁੰਦਾ। ਸੋ ਮੈਂ ਸਮਝਦਾ ਤੁਹਾਡੇ ਸਵਾਲ ਦਾ ਇੱਕੋ ਜਵਾਬ ਹੈ ਧੀਏ, ਕਿ ਸਾਰਿਆਂ ਨੂੰ ਆਪਣਾ ਜਿਹੜਾ
ਇਸ ਦੇਸ਼ ਦਾ ਇਸ ਧਰਤੀ ਦਾ ਜਿੱਥੇ ਗੁਰੂ ਪੀਰ ਪੈਦਾ ਹੋਏ। ਤੁਸੀਂ ਦੇਖੋ ਇਸ ਫਿਲਮ ਦੇ ਵਿੱਚ ਸਾਰੇ ਧਰਮਾਂ ਦੀ ਗੱਲ ਹੈ, ਸਭ ਨੂੰ ਬਰਾਬਰ ਕੀਤਾ ਹੈ, ਸਭ ਨੂੰ ਗੁਲਦਸਤਾ ਬਣਾ ਕੇ ਜੋੜਿਆ। ਅਤੇ ਜੇ ਆਪਾਂ ਇਸ ਪਿਕਚਰ 'ਤੇ ਅਮਲ ਕਰਾਂਗੇ ਤਾਂ ਮੇਰਾ ਖਿਆਲ ਬਹੁਤ ਕੁਛ ਬਦਲ ਜੂਗਾ। ਜਦ ਤੱਕ ਇਹ ਦੁਨੀਆ ਰਹੂਗੀ, ਬੀਬੀ ਰਜਨੀ ਇਹ ਫਿਲਮ ਰਹੂਗੀ ਔਰ ਲੋਕ ਵਾਰ ਵਾਰ ਦੇਖੂਗੇ। ਇਹ ਕਿਸਾਨ ਅੰਦੋਲਨ ਵੇਲੇ ਬੜਾ ਛੋਟਾ ਸੀ, ਹੁਣ ਵੱਡਾ ਹੋਵੇ। ਜੀ ਮੈਨੂੰ ਲੱਗਦਾ ਸਾਰੇ ਕਹਿ ਰਹੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਐਸਾ ਵੱਡਾ ਮਹਿਲ ਰੱਬ ਨੇ ਬਣਾਇਆ ਜਿਹਦੇ ਵਿੱਚ ਸਾਰੇ ਹੀਰੇ ਸਾਰੇ ਤਰਾਸ਼ਗੀਰ, ਜੇ ਕਿਤੇ ਮਾੜਾ ਜਿਹਾ ਵੀ ਇੱਧਰ ਉੱਧਰ ਕਰਦੀ ਤਾਂ ਇਹ ਮਹਿਲ ਬੜਾ ਭੱਦਾ ਲੱਗੇਗਾ। ਇੱਕ ਇੱਕ ਬੰਦੇ ਨੇ ਜਿਹੜਾ ਰੂਹ ਨਾਲ ਰੱਬ ਨੇ ਕੰਮ ਕਰਾਇਆ ਉਹਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਮੈਂ ਜਸ ਜੀ ਦੀ ਗੱਲ ਕਰਾਂ, ਘੋੜੇ 'ਤੇ ਚੜਿਆ ਐਂ ਲੱਗਦਾ ਆਹਾ ਇੱਥੇ ਫਰੀਜ਼ ਹੋ ਜੇ, ਆ ਇਹ ਓਨੈਸਟ ਗੱਲ ਹੈ। ਇਹ ਜਦ ਸੁਨੀਤਾ ਜੀ ਨੂੰ ਮੈਂ ਮੈਸੇਜ ਘੱਲਿਆ ਸੀਗਾ, ਮੈਂ ਕਿਹਾ ਯੂ ਆਰ ਐਸ ਬਿਊਟੀਫੁਲ ਐਜ਼ ਐਵਰ ਐਂਡ ਐਸ ਮੈਗਨੀਫੀਸੈਂਟ ਐਜ਼ ਐਵਰ, ਸਾਡੀਆਂ ਭੈਣਾਂ ਖੜੀਆਂ, ਇਹਨਾਂ ਦਾ ਕੀ ਜਵਾਬ ਹੈ? ਅਸੀਂ ਤਾਂ ਇਹਨਾਂ ਦੇ ਪੈਰਾਂ ਵਰਗੇ ਵੀ ਹੈ ਨਹੀਂ, ਮੈਂ ਤਾਂ ਰੱਬ ਨੇ ਕੁਛ ਕਰਾ ਲਿਆ, ਪਰ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਮਾੜੀ ਮੋਟੀ ਕਲਾਕਾਰੀ ਜ਼ਰੂਰ ਸਿੱਖੀ। ਬਹੁਤ ਧੰਨਵਾਦ। ਮੇਰਾ ਖਿਆਲ ਕੁਛ ਗੱਲਾਂ ਨਾ ਇਹੋ ਜਿਹੀਆਂ ਬਣ ਜਾਂਦੀਆਂ ਨੇ ਜਿਹੜੀਆਂ ਵਾਰ ਵਾਰ ਦੁਹਰਾਈਆਂ ਨਹੀਂ ਜਾਂਦੀਆਂ। ਆਪਾਂ ਮੁਗਲ ਆਜ਼ਮ ਨੂੰ ਭਾਵਾਂ ਹਜ਼ਾਰ ਵਾਰ ਦੇਖ ਲਈਏ, ਉਹ ਇੰਸਟੀਟਿਊਸ਼ਨ ਹੈ, ਇੱਕ ਯੂਨੀਵਰਸਿਟੀ ਹੈ, ਜਿਹਦੇ ਤੋਂ ਮੇਰਾ ਖਿਆਲ ਮੈਂ ਹਜ਼ਾਰ ਵਾਰ ਦੇਖੀ ਹੈ ਅਤੇ ਸਾਰੇ ਡਾਇਲੋਗ ਸਾਰੇ ਸੀਨ ਮੈਨੂੰ ਯਾਦ, ਮਾੜਾ ਮੋਟਾ ਐਕਟਰ ਬਣ ਗਿਆ। ਪਰ ਇਹ ਫਿਲਮ ਵੀ ਇੱਕ ਪੰਜਾਬੀ ਇੰਡਸਟਰੀ ਵਾਸਤੇ, ਦੁਨੀਆ ਵਾਸਤੇ ਯੂਨੀਵਰਸਿਟੀ ਹੈ, ਸਕੂਲ ਹੈ, ਜਿਹਨੂੰ ਵਾਰ ਵਾਰ ਲੋਕ ਦੇਖਣਗੇ ਅਤੇ ਕੋਈ ਵੀ ਇਹਨੂੰ 100 ਵਾਰ ਦੇਖ ਲਏ ਬੀਬੀ ਰਜਨੀ ਨੂੰ, ਉਹ ਗ੍ਰੇਟ ਆਰਟਿਸਟ ਬਣ ਸਕਦਾ ਹੈ। ਸੋ ਕਈ ਚੀਜ਼ਾਂ ਹੈਗੀਆਂ ਨੇ ਜਿਹਨੂੰ ਆਪਾਂ ਬਿਆਨ ਅਲਫਾਜ਼ਾਂ ਦੇ ਵਿੱਚ ਨਹੀਂ ਕਰ ਸਕਦੇ। ਸਰ ਮੇਰਾ ਸਾਰਿਆਂ ਨੂੰ ਇੱਕ ਸਵਾਲ ਹੈ, ਤੁਸੀਂ ਬਹੁਤ ਸਾਰੇ ਅਲੱਗ ਅਲੱਗ ਕਿਰਦਾਰ ਜਿਹੜੇ ਨੇ ਹਰ ਫਿਲਮ ਦੇ ਵਿੱਚ ਨਿਭਾਏ ਨੇ, ਪਰ ਬੀਬੀ ਰਜਨੀ ਦੇ ਵਿੱਚ ਜੋ ਜੋ ਕਿਰਦਾਰ ਤੁਸੀਂ ਅਦਾ ਕੀਤੇ ਨੇ, ਇਹ ਕਿਰਦਾਰ ਨਿਭਾ ਕੇ ਕਿੰਨਾ ਕੁ ਸਕੂਨ ਮਿਲਿਆ? ਜਸ ਸਰ ਤੁਸੀਂ ਸਟਾਰਟ ਕਰੋ। ਨਹੀਂ ਇਹ ਤਾਂ ਜਿਵੇਂ ਹਰ ਇੱਕ ਚੀਜ਼ ਦਾ ਦਸਬੰਧ ਹੁੰਦਾ ਹੈ, ਕੋਨਸੈਪਟ ਹੁੰਦਾ ਕਿ ਜਿੰਨੀ ਕਮਾਈ ਬੰਦਾ ਕਰਦਾ ਚਾਹੇ ਕਿਸੇ ਵੀ ਕਿੱਤੇ 'ਚ ਹੋਵੇ ਉਹਨੇ ਦਸਬੰਧ ਦੇਣਾ ਹੁੰਦਾ। ਮਹਾਰਾਜ ਨੇ ਜੇ ਸਾਨੂੰ ਮਦਦ ਕੀਤੇ ਰੀਤ ਪਾਈ ਹੋਈ ਹੈ, ਇਹ ਸਾਡੇ ਕੰਮ ਦੇ ਰਾਹੀਂ ਮੈਨੂੰ ਲੱਗਦਾ ਕਿ ਜਿੰਨੇ ਵੀ ਆਰਟਿਸਟ ਫਨਕਾਰ ਖੜ੍ਹੇ ਨੇ ਮਹਾਰਾਜ ਨੇ ਦਸਬੰਧ ਹੀ ਲਿਆ ਆਪ ਸਿਰ 'ਤੇ ਹੱਥ ਧਰਵਾ ਕੇ। ਸੋ ਸਾਰੀ ਟੀਮ ਜਿਹਦੇ ਨਾਂ ਨੇ, ਮੈਨੂੰ ਲੱਗਦਾ ਕਿ ਅਸੀਂ ਦੋਵਾਂ 'ਚ ਮੈਂ ਅਤੇ ਰੂਪੀ ਨਵੇਂ ਹਾਂ, ਸਭ ਤੋਂ ਤਾਂ ਐਡੇ ਐਡੇ ਫਨਕਾਰਾਂ ਨਾਲ ਸਕਰੀਨ ਸਾਂਝੀ ਕਰਨੀ ਹੈ ਸਾਡੇ ਲਈ ਪਹਿਲਾਂ ਤਾਂ ਬਹੁਤ ਮਾਣ ਵਾਲੀ ਗੱਲ ਹੈ, ਪ੍ਰਾਊਡ ਵਾਲੀ ਗੱਲ ਹੈ। ਜਿੱਦਾਂ ਸਰ ਨੇ ਕਿਹਾ ਕਿ ਮੁਢਲੇ ਆਜ਼ਮ ਜੇ ਕੋਈ ਬੰਦਾ ਹਜ਼ਾਰ ਵਾਰ ਦੇਖ ਲਏ ਤਾਂ ਉਹਦਾ ਘਰ ਬਣ ਜਾਂਦਾ, ਔਰ ਅਸੀਂ ਯੋਗ ਸਰ ਉਹਨਾਂ ਨਾਲ ਕੰਮ ਕੀਤਾ, ਬੜਾ ਕੁਝ ਸਿੱਖਿਆ, ਬੜਾ ਕੁਝ ਉਹਨਾਂ ਨੂੰ ਦੇਖ ਕੇ ਸਿੱਖਦੇ ਹਾਂ। ਸਾਨੂੰ ਬਸ ਇਹੀ ਲੱਗਦਾ ਕਿ ਸਾਡੇ ਕੋਲ ਕੋਈ ਸ਼ਬਦ ਨਹੀਂ, ਅਸੀਂ ਸ਼ੁਕਰਗੁਜ਼ਾਰ ਕਰਨਾ ਚਾਹੁੰਦੇ ਹਾਂ ਮਹਾਰਾਜ ਦਾ। ਔਰ ਜਿੱਥੇ ਰਾਮਦਾਸ ਪਾਤਸ਼ਾਹ ਦੀ ਗੱਲ ਹੋਵੇ, ਜਿੱਥੇ ਤੋਂ ਭੰਜਰੀ ਬੇਰੀ ਦੀ ਗੱਲ ਹੋਵੇ, ਤਾਂ ਇਹ ਫਿਲਮ ਲੋਕਾਂ ਨੂੰ ਪ੍ਰੇਰਿਤ ਕਰੂਗੀ ਮਹਾਰਾਜ ਨਾਲ ਜੋੜਨ ਦੀ, ਔਰ ਪ੍ਰੇਮ ਪਾਉਣ ਦੀ, ਔਰ ਭਰੋਸਾ ਪਾਉਣ ਦੀ। ਖਾਸ ਕਰਕੇ ਅਸੀਂ ਵਾਰੀ ਵਾਰੀ ਇੱਕੋ ਗੱਲ ਕਹਿੰਦੇ ਹਾਂ ਕਿ ਜਿਹੜੇ ਨਵੀਂ ਜਨਰੇਸ਼ਨ ਹੈ ਸਾਡੇ ਜਵਾਕ ਨੇ, ਉਹਨਾਂ ਲਈ ਇਹ ਫਿਲਮ ਪਰਮਾਤਮਾ ਨਾਲ ਜੁੜਨ ਦਾ ਇੱਕ ਰਾਹ ਬਣ ਜੂਗੀ। ਸਾਰੀ ਟੀਮ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ, ਔਰ ਅਖੀਰ 'ਚ ਮੈਂ ਇਹ ਬੇਨਤੀ ਕਰੂੰਗਾ ਸਾਰਿਆਂ ਨੂੰ, ਅਸੀਂ ਮਹੀਨੇ ਸਵਾ ਮਹੀਨੇ ਦੇ ਲੱਗੇ ਹੋਏ ਹਾਂ, ਯੋਗ ਸਰ
ਕਦੇ ਕੈਨੇਡਾ, ਕਦੇ ਇੰਗਲੈਂਡ, ਕਦੇ ਕਿਤੇ ਯੂਪੀ, ਉਹਨੇ ਬਹੁਤ ਟਰੈਵਲ ਕਰ ਰਹੇ ਆ ਸਿਰਫ ਇਸੇ ਕਰਕੇ ਕਿ ਇਹ ਫਿਲਮ ਤੁਹਾਡੀਆਂ ਬੱਚਿਆਂ ਤੱਕ ਪਹੁੰਚੇ, ਤੁਹਾਡੀਆਂ ਫੈਮਿਲੀਆਂ ਤੱਕ ਪਹੁੰਚੇ। ਸੋ ਸਾਡਾ ਅਸੀਂ ਕੰਮ ਸਾਡਾ ਅੱਜ ਤੱਕ ਸੀ, ਇਦੋਂ ਅੱਗੇ ਕੰਮ ਹੈਗਾ ਤੁਹਾਡਾ। ਸਾਰੇ ਮੈਂ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਜ਼ਰੂਰ ਇਹਨੂੰ ਵੱਧ ਤੋਂ ਵੱਧ ਦੁਨੀਆ 'ਚ ਲੈ ਕੇ ਜਾਓ, ਤਾਂ ਜੋ ਇਹ ਇੱਕ ਇਤਿਹਾਸਕ ਫਿਲਮ, ਇਤਿਹਾਸ ਨਾਲ ਜੁੜੀ ਹੋਈ ਫਿਲਮ ਹੈਗੀ ਆ। ਬਟ ਜਦੋਂ ਇੱਦਾਂ ਦੀਆਂ ਫਿਲਮਾਂ ਇੰਨਾ ਕੁ ਜ਼ਿਆਦਾ ਗਰੋਥ ਕਰਨਗੀਆਂ ਤਾਂ ਸਾਡੇ ਇਤਿਹਾਸ 'ਤੇ ਆਉਣ ਵਾਲੇ ਦਿਨਾਂ 'ਚ ਹੋਰ ਫਿਲਮਾਂ ਬਣਨਗੀਆਂ। ਸੋ ਮੈਂ ਅੱਜ ਆਪਦੇ ਆਪ ਨੂੰ ਬਹੁਤ ਕਰਨ ਵਾਲਾ ਸਮਝਦਾ ਕਿ ਮਹਾਰਾਜ ਨੇ ਮੇਰੇ 'ਤੇ ਮਿਹਰ ਕੀਤੀ, ਮੈਂ ਇਸ ਫਿਲਮ ਦਾ ਹਿੱਸਾ ਔਰ ਇੰਨੇ ਮਹਾਨ ਕਲਾਕਾਰਾਂ ਨਾਲ ਕੰਮ ਕੀਤਾ, ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਸਰ, ਵਾਹਿਗੁਰੂ। ਅਖੀਰ ਦੇ ਵਿੱਚ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਫਿਲਮ ਦੇਖ ਲਈ, ਅਸੀਂ ਵੀ ਦੇਖ ਲਈ, ਬਸ ਆਡੀਅੰਸ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਲੀਜ਼ ਦੇਖਣ ਜਾਓ, ਅਤੇ ਅਸੀਂ ਸਾਰੇ ਬਹੁਤ ਇਮੋਸ਼ਨਲ ਹਾਂ ਜੀ। ਸੋ ਪਲੀਜ਼ ਜ਼ਰੂਰ ਦੇਖਣ ਜਾਓ, ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਉਹ ਆਪਣੇ ਇਤਿਹਾਸ ਬਾਰੇ ਸਿੱਖ ਸਕਣ। ਅਤੇ ਅਸੀਂ ਮਤਲਬ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਸਾਡੀ ਸਾਰੀ ਟੀਮ ਨੇ ਕਿ ਅਸੀਂ ਵਧੀਆ ਤਰੀਕੇ ਨਾਲ ਪ੍ਰਜੈਂਟ ਕਰੀਏ, ਐਂਟਰਟੇਨਮੈਂਟ ਵੀ ਹੈ ਜੀ ਵਿੱਚ। ਸੋ ਪਲੀਜ਼ ਜ਼ਰੂਰ ਦੇਖਣ ਜਾਇਓ, ਇਹੀ ਰਿਕੁਐਸਟ ਹੈ ਜੀ ਸਾਡੀ ਸਾਰੀ ਟੀਮ ਵੱਲੋਂ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹੋਰ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ, ਸਾਰੇ ਪੰਜਾਬੀ ਫਿਲਮ ਇੰਡਸਟਰੀ ਨੂੰ, ਜਿੰਨਾ ਵੀ ਇੰਸਟਾਗ੍ਰਾਮ, ਫੇਸਬੁੱਕ ਆਪਣੇ ਇੰਡੀਵਿਜੁਅਲ ਹੈਗੇ, ਕੋਈ ਵੀ ਪੰਜਾਬੀ ਫਿਲਮ ਰਿਲੀਜ਼ ਹੋਵੇ, ਸਾਊਥ ਦੇ ਵਿੱਚ ਕੋਈ ਵੀ ਫਿਲਮ ਰਿਲੀਜ਼ ਹੁੰਦੀ ਹੈ ਨਾ, ਸਾਰੇ ਲੋਕ, ਸਾਰੇ ਐਕਟਰ, ਸਾਰੇ ਡਿਸਟ੍ਰੀਬਿਊਟਰ, ਪ੍ਰੋਡਿਊਸਰ ਆਪਣੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਉਹਨਾਂ ਦੀ ਪਬਲਿਸਿਟੀ ਕਰਦੇ, ਪ੍ਰਮੋਸ਼ਨ ਕਰਦੇ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਫੇਸਬੁੱਕ 'ਤੇ, ਆਪਣੇ ਆਪਣੇ ਇੰਸਟਾਗ੍ਰਾਮ 'ਤੇ ਜਿਹੜੀ ਵੀ ਪੰਜਾਬੀ ਫਿਲਮ ਆਉਂਦੀ ਹੈ, ਬਗੈਰ ਦੱਸੇ ਉਹਨੂੰ ਟੈਗ ਕਰਕੇ ਉਹਦੀ ਪ੍ਰਮੋਸ਼ਨ ਕਰਿਆ ਕਰਨ। ਇਹ ਆਪਣਾ ਜ਼ਾਤੀ ਫਰਜ਼ ਬਣਦਾ। ਮੇਰਾ ਖਿਆਲ ਇਸ ਫਿਲਮ ਤੋਂ ਸਿੱਖ ਲੈਣਾ ਚਾਹੀਦਾ ਕਿ ਜਿੱਥੇ ਏਕਤਾ ਹੈ ਨਾ, ਉੱਥੇ ਹੀ ਰੱਬ ਵੱਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।